ਸੁਣਾ ਕੁੜੀਓ ਕੀ ਗੱਲਾਂ ਹੋ ਰਹੀਆਂ ਨੇ ਬਸ ਪਾਪਾ ਜੀ ਕੁਛ ਨਹੀਂ ਪਾਪਾ ਜੀ ਬੈਠੋ 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 ਮੈਂ ਕਿਹਾ ਪੁੱਤਰ ਉਹ ਤੇਰਾ ਘਰ ਵਾਲਾ ਤੇ ਬਾਹਰ ਗਿਆ ਸੀ ਨਹੀਂ ਆਇਆ ਪਰ ਉਹ ਰਿਸ਼ੋ ਕਿਉਂ ਨਹੀਂ ਆਈ ਕੀ ਦੱਸਾਂ ਪਾਪਾ ਜੀ ਉਹਦਾ ਤੇ ਘਰੋਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਮੈਂ ਜਾਣ ਵਾਸਤੇ ਕਹਿੰਦੀ ਵੀ ਹਾਂ ਤੇ ਮੰਨਦੀ ਨਹੀਂ ਰਿਸ਼ੋ ਦੇ ਵਿਆਹ ਵਾਸਤੇ ਪਤਾ ਨਹੀਂ ਕੀ ਕੁਝ ਨਹੀਂ ਕੀਤਾ ਸੀ ਕਿੱਥੇ ਕਿੱਥੇ ਗੱਲ ਨਹੀਂ ਕੀਤੀ ਪਰ ਪਤਾ ਨਹੀਂ ਸਾਡੇ ਧੀ ਦੇ ਭਾਗਾਂ ਵਿੱਚ ਕੀ ਲਿਖਿਆ ਹੋਇਆ ਪੁੱਤਰ ਹਮੇਸ਼ਾ ਭਾਗਾਂ ਨੂੰ ਦੋਸ਼ ਨਹੀਂ ਦੇਈਦਾ ਹੁੰਦਾ ਇਨਸਾਨ ਦੀ ਜ਼ਿੰਦਗੀ 'ਚ ਬਹੁਤ ਉਤਰਾਅ ਚੜਾਅ ਆਉਂਦੇ ਨੇ ਸਮਾਂ ਬਦਲਦਾ ਹੈ ਤੇ ਭਾਗ ਵੀ ਬਦਲ ਜਾਂਦੇ ਨੇ ਪਰ ਸਾਡੇ ਧੀ ਦੇ ਭਾਗ ਕਦੋਂ ਬਦਲਣਗੇ ਕੁੜੀ ਵਿੱਚ ਕਿਸੇ ਗੱਲ ਦੀ ਕਮੀ ਵੀ ਨਹੀਂ ਹੈ ਸੋਹਣੀ ਸੁਨੱਖੀ ਹੈ ਪੜ੍ਹੀ ਲਿਖੀ ਹੈ ਚੰਗੇ ਸੰਸਕਾਰਾਂ ਵਾਲੀ ਵੀ ਹੈ ਫਿਰ ਪਤਾ ਨਹੀਂ ਕੁੜੀ ਦੇ ਵਿਆਹ ਵਿੱਚ ਇੰਨੀਆਂ ਅੜਚਣਾਂ ਕਿਉਂ ਆ ਰਹੀਆਂ ਨੇ ਭੈਣ ਜੀ ਜਦੋਂ ਸੰਯੋਗ ਮਿਲ ਜਾਂਦੇ ਹੈ ਤੇ ਸਾਰੇ ਰਸਤੇ ਖੁੱਲ ਜਾਂਦੇ ਭੈਣ ਜੀ ਇਹਨੂੰ ਅਸੀਂ ਆਪਣੀ ਬਦਨਸੀਬੀ ਨਾ ਕਹੀਏ ਤੇ ਫਿਰ ਕੀ ਕਹੀਏ ਵਿਆਹ ਪੱਕਾ ਹੁੰਦੇ ਹੁੰਦੇ ਹੀ ਟੁੱਟ ਜਾਂਦਾ ਹੈ ਹੁਣ ਤੁਸੀਂ ਆਪ ਹੀ ਦੱਸੋ ਬੀ ਏ ਤੋਂ ਬਾਅਦ ਅਸੀਂ ਰਿਸ਼ੂ ਨੂੰ ਪੜ੍ਹਾਇਆ ਹੀ ਨਹੀਂ ਕਿ ਮਤਾਂ ਪੜ੍ਹਾਈ ਦੇ ਚੱਕਰ ਵਿੱਚ ਉਹਦੀ ਉਮਰ ਜ਼ਿਆਦਾ ਨਾ ਹੋ ਜਾਏ ਪਾਪਾ ਜੀ ਸਾਨੂੰ ਤਾਂ ਡਰ ਹੀ ਲੱਗਿਆ ਰਹਿੰਦਾ ਹੈ ਕਿ ਕਿਤੇ ਇਹਨਾਂ ਹਾਲਾਤਾਂ ਵਿੱਚ ਰਿਸ਼ੂ ਕਿਤੇ ਡਿਪਰੈਸ਼ਨ ਦੇ ਸ਼ਿਕਾਰ ਨਾ ਹੋ ਜਾਏ ਬੇਟਾ ਮੇਰੀ ਸਲਾਹ ਮੰਨੋ ਰਿਸ਼ੂ ਨੂੰ ਕਿਤੇ ਕੰਮ 'ਚ ਪਾ ਦਿਓ ਹਾਂ ਪਾਪਾ ਜੀ ਅਸੀਂ ਵੀ ਇਹੀ ਸੋਚ ਰਹੇ ਹਾਂ ਰਿਸ਼ੂ ਨੂੰ ਤਾਂ ਸ਼ੁਰੂ ਤੋਂ ਹੀ ਡਰੈਸ ਡਿਜ਼ਾਈਨਿੰਗ ਦਾ ਸ਼ੌਂਕ ਰਿਹਾ ਅਤੇ ਉਹਨੂੰ ਅਸੀਂ ਇੱਕ ਸਾਲ ਵਾਸਤੇ ਸਿੰਗਾਪੁਰ ਡਰੈਸ ਡਿਜ਼ਾਈਨਿੰਗ ਦੇ ਕੋਰਸ ਵਾਸਤੇ ਭੇਜ ਰਹੇ ਹਾਂ ਅਤੇ ਇਹਨੇ ਨੂੰ ਅਸੀਂ ਉਹਦੇ ਵਾਸਤੇ ਇੱਕ ਚੰਗਾ ਜਿਹਾ ਮੁੰਡਾ ਵੀ ਲੱਭ ਲਵਾਂਗੇ ਬਿਲਕੁਲ ਠੀਕ ਹੈ ਔਰ ਪੁੱਤਰ ਮੇਰੇ 'ਤੇ ਭਰੋਸਾ ਰੱਖ ਮੈਂ ਬਿਲ ਬੰਗ ਚੰਗਾ ਜਿਹਾ ਮੁੰਡਾ ਉਹਦੇ ਵਾਸਤੇ ਹੈਂ ਔਰ ਅਸਲੀ ਗੱਲ ਤਾਂ ਹੈ ਪੁੱਤਰ ਜੇ ਮੇਰਾ ਦੂਜਾ ਪੋਤਰਾ ਹੁੰਦਾ ਨਾ ਤਾਂ ਮੈਂ ਰਿਸ਼ੂ ਨਾਲ ਵਿਆਹ ਕਰਨ ਲੱਗਿਆ ਉਹਦੇ ਵਾਸਤੇ ਇੱਕ ਮਿੰਟ ਨਾ ਸੋਚਦਾ ਬੇਟਾ ਇਸ ਸੰਸਾਰ 'ਚ ਮੁਕੰਮਲ ਸੁਖੀ ਕੌਣ ਨੇ ਪੁੱਤਰ ਗੁਰੂਆਂ ਨੇ ਕਿਹਾ ਨਾ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਅਧਾਰ ਚੜਾ ਸਾਹਿਬ ਮੇਰੀ ਫੈਕਟਰੀ ਵਿੱਚ ਸਮਾਨ ਬਣ ਕੇ ਤਿਆਰ ਹੈ ਅਤੇ ਹੁਣ ਪੈਕਿੰਗ ਵੀ ਹੋ ਰਹੀ ਹੈ ਕੁਛ ਹੀ ਦਿਨਾਂ ਵਿੱਚ ਦੁਬਈ ਅਤੇ UK ਮਾਲ ਰਵਾਨਾ ਹੋ ਜਾਏਗਾ ਪੇਮੈਂਟ ਆਉਂਦੇ ਹੀ ਤੁਹਾਡਾ ਸਾਰਾ ਲੋਨ ਚੁੱਪਟਾ ਕਰ ਦਾਂਗਾ ਬਸ ਵੱਧ ਤੋਂ ਵੱਧ ਇੱਕ ਮਹੀਨਾ ਉਹ ਕਾਕਾ ਜੀ ਤੁਸੀਂ ਪੈਸੇ ਦੀ ਜ਼ਰਾ ਵੀ ਚਿੰਤਾ ਨਾ ਕਰੋ ਅਸੀਂ ਰਤਨਜੀਤ ਕੋਲ ਵਸੂਲ ਕਰ ਲਾਂਗੇ ਉਹ 40 ਲੱਖ ਰੁਪਇਆ ਤੇ ਉਹ ਜੇਬ ਵਿੱਚ ਪਾ ਕੇ ਐਵੇਂ ਫਿਰਦੇ ਰਹਿੰਦੇ ਨਾ ਸਰ ਤੁਹਾਡੇ ਤੋਂ ਇੱਕ ਛੋਟਾ ਜਿਹਾ ਫੇਵਰ ਚਾਹੀਦਾ ਬੋਲੋ ਕਾਕਾ ਜੀ ਇਹ ਜਿਹੜੀ ਲੋਨ ਵਾਲੀ ਗੱਲ ਹੈ ਨਾ ਇਹ ਮੇਰੇ ਡੈਡੀ ਨੂੰ ਨਾ ਦੱਸਣਾ ਤੁਸੀਂ ਪਰ ਕਿਉਂ ਕਿਉਂਕਿ ਇਹ ਬਿਜ਼ਨਸ ਮੇਰਾ ਹੈ ਮੇਰਾ ਆਪਣਾ ਬਿਜ਼ਨਸ ਹੈ ਤਾਂ ਲੋਨ ਵੀ ਮੈਂ ਹੀ ਚੁਕਾਵਾਂਗਾ ਔਰ ਮੈਂ ਇਹ ਵੀ ਚਾਹੁੰਦਾ ਕਿ ਤੁਸੀਂ ਇਹ ਗੱਲ ਮੇਰੇ ਡੈਡੀ ਨੂੰ ਨਾ ਕਹਿਓ ਵੈਸੇ ਤਾਂ ਮੇਰੇ ਘਰ ਦੇ ਪੇਪਰ ਅਤੇ ਜ਼ਮੀਨ ਦੇ ਪੇਪਰ ਤੁਹਾਡੇ ਕੋਲ ਸਿਕਿਉਰਿਟੀ ਦੇ ਤੌਰ 'ਤੇ ਤਾਂ ਪਏ ਹੀ ਨੇ ਚੜਾ ਸਾਹਿਬ ਮੈਂ ਕਿਸੇ ਵੀ ਹਾਲਤ ਵਿੱਚ 1 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਸਾਰਾ ਲੋਨ ਚੁੱਕਟਾ ਕਰ ਦਾਂਗਾ ਤੁਹਾਡੀ ਇੰਨੀ ਜਿਹੀ ਮਦਦ ਚਾਹੀਦੀ ਸੀ ਮੈਨੂੰ ਅੱਛਾ ਚੜਾ ਸਾਹਿਬ ਥੈਂਕ ਯੂ ਵੈਰੀ ਮੱਚ ਅੱਛਾ ਕਾਕਾ ਜੀ ਤੁਸੀਂ ਚਲੋ ਥੈਂਕ ਯੂ ਸਰ ਓਕੇ ਬੇਟਾ ਥੈਂਕ ਯੂ ਵੈਰੀ ਮੱਚ ਹੈਲੋ ਹੈਲੋ ਜੀ ਜਨਾਬ ਮੈਂ ਚੱਡਾ ਬੋਲ ਰਿਹਾ ਹਾਂ ਚੱਡਾ ਬੋਲ ਉਹ ਮੈਂ ਕਿਹਾ ਜਨਾਬ ਦੀ ਸ਼ਾਨ ਜਨਾਬ ਦਾ ਜਲਵਾ ਮੈਂ ਬਹੁਤ ਥੋੜਾ ਬਿਜ਼ੀ ਹੋ ਗਿਆ ਸੀ ਬੜੇ ਦਿਨ ਤੋਂ ਯਾਦ ਕਰ ਰਿਹਾ ਸੀ ਮੈਂ ਤੁਹਾਨੂੰ ਫੋਨ ਕਰਾਂ ਕੋਈ ਕੰਮ ਹੈ ਉਹ ਨਹੀਂ ਜੀ ਨਹੀਂ ਉਹ ਮੈਂ ਸੋਚਿਆ ਜਨਾਬ ਨੂੰ ਮੁਬਾਰਕਬਾਦ ਦੇ ਦੇਵਾਂ ਮੁਬਾਰਕਬਾਦ ਕਾਦੀ ਉਹ ਜੀ ਸਾਡਾ ਅਜੇ ਬਿਜ਼ਨਸਮੈਨ ਬਣ ਗਿਆ ਦੇਖੋ ਕੱਲ੍ਹ ਦੀ ਗੱਲ ਹੈ ਜੀ ਛੋਟਾ ਜਿਹਾ ਬੱਚਾ ਸੀ ਉਹ ਇੰਨਾ ਵੱਡਾ ਹੋ ਗਿਆ ਔਰ ਬਿਜ਼ਨਸਮੈਨ ਬਣ ਗਿਆ ਜੀ ਮੈਂ ਕਿਹਾ ਮੁਬਾਰਕਾਂ ਜੀ ਮੁਬਾਰਕਾਂ ਤੈਨੂੰ ਵੀ ਉਹ ਮੈਂ ਕਿਹਾ ਜੀ ਆਪਣੇ ਕਾਕਾ ਜੀ 2 ਮਹੀਨੇ ਪਹਿਲਾਂ ਆਏ ਸੀ ਮੇਰੇ ਕੋਲ ਔਰ ਉਹਨਾਂ ਨੇ ਥੋੜ੍ਹਾ ਜਿਹਾ ਮੇਰੇ ਕੋਲੋਂ 40 ਲੱਖ ਦਾ ਲੋਨ ਮੰਗਿਆ ਉਹ ਮੈਂ ਕਿਹਾ ਕਾਕਾ ਜੀ 40 ਲੱਖ ਦੀ ਕੀ ਮੈਂ ਤੁਹਾਨੂੰ 4 ਕਰੋੜ ਦੇ ਸਕਦਾ ਹਾਂ ਔਰ ਮੈਂ ਉਹਨਾਂ ਦਾ ਲੋਨ ਪਾਸ ਕਰ ਦਿੱਤਾ ਮੇਰਾ ਖਿਆਲ ਹੈ ਕਿ ਉਹਨੇ ਤੁਹਾਨੂੰ ਦੱਸਿਆ ਹੀ ਹੋਏਗਾ ਨਾ ਅਜੇ ਤੇਰੇ ਕੋਲ 40 ਲੱਖ ਰੁਪਏ ਦਾ ਲੋਨ ਲੈਣ ਆਇਆ ਤੇ ਤੂੰ ਪਾਸ ਕਰਤਾ ਮੈਨੂੰ ਪੁੱਛਣ ਦੀ ਲੋੜ ਨਹੀਂ ਸਮਝੀ ਤੂੰ ਉਹ ਜੀ ਪੁੱਛਣਾ ਕੀ ਹੈ ਜੀ ਤੁਹਾਡੀ ਵਰਗੀ ਪਰਸਨੈਲਿਟੀ ਦਾ ਕਾਕਾ ਸਾਡੇ ਕੋਲ ਆਵੇ ਔਰ ਸਿਰਫ 40 ਲੱਖ ਰੁਪਏ ਮੰਗੇ ਇਹਦੇ ਪੁੱਛਣ ਦੀ ਕੀ ਗੱਲ ਹੈ ਉਹ ਤੁਹਾਡੀ ਵੀ ਤਾਂ ਕੋਈ ਹਸਤੀ ਹੈ ਨਾ ਜੀ ਇਸ ਸ਼ਹਿਰ ਦੇ ਵਿੱਚ ਜੇ ਤੂੰ ਸਮਝਦਾ ਕਿ 40 ਲੱਖ ਰੁਪਏ ਦੀ ਰਕਮ ਮੇਰੇ ਲਈ ਕੁਝ ਨਹੀਂ ਹੈ ਤੇ ਇਹ ਰਕਮ ਮੈਂ ਅੱਜ ਨੂੰ ਆਪ ਦੇ ਸਕਦਾ ਤੇ ਫਿਰ ਤੂੰ ਉਹਦਾ ਲੋਨ ਪਾਸ ਕਿਉਂ ਕੀਤਾ ਜਨਾਬ ਤੁਹਾਡੇ ਮੂੰਹ ਨੂੰ ਤੁਸੀਂ ਖੁਦ ਦੱਸੋ ਕਿ ਮੈਂ ਨਾ ਕਿੱਦਾਂ ਕਰਦਾ
तू लोन मेनू पूछे बगैर पास किया है और तू जान या अजय जाने इस मामले मेनू फोन करने की कोई लोड़ नहीं।